ਪੰਜਾਬ ਸਰਕਾਰ ਦੇ ਸਮੂਹ ਕਰਮਚਾਰੀਆਂ ਨੇ ਡੈਪੋ ਐਪ ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੈਗਾ ਇਸ ਦੇ ਲਈ ਐਂਡਰੋਇਡ ਦੇ ਉੱਪਰ ਇੱਕ ਐਪ ਹੈ ਡੈਪੋ ਨਾਂ ਦਾ ਡਰੱਗ ਅਬਿਊਜ਼ਿਵ ਪ੍ਰिवेंशन ਅਫੀਸਰ ਦੇ ਤੌਰ ਤੇ ਤਾਂ ਅਸੀਂ ਇੱਥੇ ਸਿੱਖਾਂਗੇ ਕਿ ਕਿਸ ਤਰੀਕੇ ਨਾਲ ਆਸਾਨੀ ਨਾਲ ਆਪਾਂ ਇਸ ਐਪ ਤੇ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਪਲੇ ਸਟੋਰ ਦੇ ਵਿੱਚ ਜਾਣਾ ਪਲੇ ਸਟੋਰ ਦੇ ਵਿੱਚ ਆਪਾਂ ਇੱਥੇ ਟਾਈਪ ਕਰਨਾ ਡੀ ਏ ਪੀਓ ਡੈਪੋ ਇਸ ਤੋਂ ਬਾਅਦ ਡੈਪੋ ਰਜਿਸਟ੍ਰੇਸ਼ਨ ਨਾਂ ਦਾ ਇੱਕ ਆਪਸ਼ਨ ਕਲਿੱਕ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਇਸ ਨੂੰ ਇੰਸਟਾਲ ਕਰ ਲੈਣਾ ਇੰਸਟਾਲ ਕਰਨ ਤੋਂ ਬਾਅਦ ਇੱਥੇ ਓਪਨ ਦੀ ਆਪਸ਼ਨ ਆਏਗੀ ਜਿਸ ਤਰ੍ਹਾਂ ਮੇਰੇ ਨਾਲ ਆ ਰਹੀ ਹੈ ਕਿਉਂਕਿ ਮੈਂ ਪਹਿਲਾਂ ਇੰਸਟਾਲ ਕਰ ਚੁੱਕਿਆ ਹਾਂ ਓਪਨ ਕਰਨ ਤੋਂ ਬਾਅਦ ਇਹ ਐਪ ਲੋਡ ਹੋ ਜਾਏਗਾ ਇਸ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਵਿੱਚ ਆਪਣੀ ਇੱਕ ਫੋਟੋ ਅਤੇ ਇੱਕ ਆਧਾਰ ਕਾਰਡ ਜਾਂ ਕੋਈ ਵੀ ਆਇਡੈਂਟੀਟੀ ਪ੍ਰੂਫ ਜੋ ਇੱਥੇ ਆਪਾਂ ਦੇਣਾ ਹੈ ਉਸ ਦੀ ਪਿਕਚਰ ਆਪਦੇ ਮੋਬਾਈਲ ਦੇ ਵਿੱਚ ਸੇਵ ਕਰ ਲੈਣੀ ਹੈ ਜਿਸ ਦਾ ਸਾਈਜ਼ 200 KB ਤੋਂ ਘੱਟ ਹੋਵੇ ਕਿਉਂਕਿ ਬਾਅਦ ਵਿੱਚ ਉਸ ਦੀ ਆਪਾਂ ਨੂੰ ਜ਼ਰੂਰਤ ਪਵੇਗੀ ਤਾਂ ਇਸ ਦੇਖੋ ਇਹ ਐਪ ਓਪਨ ਹੋ ਗਿਆ ਉਸ ਤੋਂ ਬਾਅਦ ਇਹ ਐਪ ਇਸ ਤਰੀਕੇ ਨਾਲ ਨਜ਼ਰ ਆਉਂਦਾ ਐਪ ਦੇ ਵਿੱਚ ਫਾਰਮ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਟਾਈਪ ਆਫ ਐਪਲੀਕੈਂਟ ਟਾਈਪ ਆਫ ਐਪਲੀਕੈਂਟ ਦੇ ਵਿੱਚ ਕਿਉਂਕਿ ਸਰਕਾਰੀ ਕਰਮਚਾਰੀ ਨੇ ਕਰਨਾ ਹੈ ਇਸ ਕਰਕੇ ਆਫੀਸ਼ੀਅਲ ਵਲੰਟੀਅਰ ਤੇ ਆਪਾਂ ਕਲਿੱਕ ਕਰਨਾ ਹੈਗਾ ਉਸ ਤੋਂ ਬਾਅਦ ਨਾਮ ਆਪਾਂ ਆਪਣਾ ਨਾਮ ਭਰਨਾ ਹੈ ਉਸ ਤੋਂ ਬਾਅਦ ਪਿਤਾ ਦਾ ਨਾਮ ਉਸ ਤੋਂ ਬਾਅਦ ਫੋਟੋ ਅਪਲੋਡ ਕਰੋ ਫੋਟੋ ਅਪਲੋਡ ਕਰਨ ਜਿਸ ਤਰੀਕੇ ਤੁਹਾਨੂੰ ਮੈਂ ਦੱਸਿਆ ਸੀ ਕਿ ਤੁਸੀਂ ਆਪਣੀ ਇੱਕ ਫੋਟੋ 200kb ਤੋਂ ਘੱਟ ਜਿਸ ਦਾ ਫਾਈਲ ਫਾਰਮੈਟ ਜੇਪੀਜੀ ਜਾਂ ਪੀਐਨਜੀ ਹੋਵੇ ਇਥੇ ਚੂਜ਼ ਫਾਈਲ ਤੇ ਕਲਿੱਕ ਕਰਕੇ ਉਥੋਂ ਜੋ ਡੈਸਟਿਨਿਸ਼ ਦਿੱਤਾ ਉਥੋਂ ਆਪਾਂ ਇਸ ਨੂੰ ਅਪਲੋਡ ਕਰ ਲੈਣਾ ਹੈਗਾ ਉਸ ਤੋਂ ਬਾਅਦ ਜਨਮ ਮਿਤੀ ਆਪਾਂ ਇੱਥੇ ਫਿਲ ਕਰਨੀ ਹੈ ਆਪਣਾ ਜੈਂਡਰ ਫਿਲ ਕਰਨਾ ਈਮੇਲ ਆਈਡੀ ਇੱਥੇ ਮੰਡੇਟਰੀ ਨਹੀਂ ਹੈ ਪਰ ਤੁਸੀਂ ਇੱਥੇ ਈਮੇਲ ਆਈਡੀ ਜਰੂਰ ਫਿਲ ਕਰਨੀ ਆਪਦੀ ਉਸ ਤੋਂ ਬਾਅਦ ਮੋਬਾਈਲ ਨੰਬਰ ਮੋਬਾਈਲ ਨੰਬਰ ਦੇ ਵਿੱਚ ਤੁਸੀਂ ਮੋਬਾਈਲ ਜੋ ਨੰਬਰ ਦਿਓਗੇ ਉਸ ਤੇ ਇੱਕ OTP ਆਏਗਾ ਜਦੋਂ ਇਸ ਤੋਂ ਮੋਬਾਈਲ ਨੰਬਰ ਭਰਨ ਤੋਂ ਪਰੰਤ ਤੁਸੀਂ ਇਥੋਂ ਨੈਕਸਟ ਕਰੋਗੇ ਤਾਂ ਇੱਕ OTP ਆਏਗਾ ਜੋ ਇਸ ਦਿੱਤੇ ਹੋਏ ਕਾਲਮ ਦੇ ਵਿੱਚ ਆਪਾਂ ਫਿਲ ਕਰਨਾ ਹੈਗਾ ਉਸ ਤੋਂ ਬਾਅਦ ਮਕਾਨ ਨੰਬਰ ਜਾਂ ਸਥਾਨ ਸਟਰੀਟ ਗਲੀ ਦਾ ਨਾਮ ਮੋਹੱਲਾ ਜਾਂ ਵਿਲੇਜ ਪਿੰਡ ਤੁਹਾਡਾ ਕਸਬਾ ਜਾਂ ਸ਼ਹਿਰ ਉਸ ਤੋਂ ਬਾਅਦ ਡਿਸਟ੍ਰਿਕਟ ਡਿਸਟ੍ਰਿਕਟ ਤੋਂ ਬਾਅਦ ਤੁਹਾਡੇ ਆ ਜਾਏਗਾ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਜੇ ਤੁਹਾਨੂੰ ਪਤਾ ਤੁਸੀਂ ਇਹ ਫਿਲ ਕਰਦੇ ਨੇ ਤੇ ਕਲਿੱਕ ਹੇਅਰ ਟੂ ਨੋ ਯਰ ਪੁਲਿਸ ਸਟੇਸ਼ਨ ਕਲਿੱਕ ਕਰਕੇ ਤੁਸੀਂ ਉੱਥੋਂ ਚੂਜ਼ ਕਰ ਸਕਦੇ ਹੋ ਉਸ ਤੋਂ ਪਰੰਤ ਤੁਸੀਂ ਪਿੰਨ ਕੋਡ ਫਿਲ ਕਰਨਾ ਹੈਗਾ ਇੱਥੇ ਪਿੰਨ ਕੋਡ ਆਪਣਾ ਤੁਸੀਂ ਇੱਥੇ ਫਿਲ ਕਰਨ ਤੋਂ ਬਾਅਦ ਪਛਾਣ ਦਾ ਪ੍ਰਮਾਣ ਪੱਤਰ ਪ੍ਰੂਫ ਆਫ ਆਇਡੈਂਟੀਟੀ ਟਾਈਪ ਜੋ ਇੱਥੇ ਕਲਿੱਕ ਕਰੋਗੇ ਤਾਂ ਤੁਸੀਂ ਇੱਥੇ ਕੋਈ ਵੀ ਆਪਣਾ ਆਧਾਰ ਕਾਰਡ ਜਾਂ ਜੋ ਵੀ ਤੁਹਾਡੇ ਕੋਲ ਆਇਡੈਂਟੀ ਪ੍ਰੂਫ ਹੈ ਉਸ ਦਾ ਇੱਥੇ ਤੁਸੀਂ ਨੰਬਰ ਭਰਨਾ ਹੈ ਕਲਿੱਕ ਕਰਨ ਤੋਂ ਬਾਅਦ ਉਸ ਤੋਂ ਬਾਅਦ ਪਛਾਣ ਪੱਤਰ ਨੂੰ ਅਪਲੋਡ ਕਰਨਾ ਉਸ ਦੀ ਇੱਕ ਪਿਕਚਰ ਨੂੰ ਤੁਸੀਂ ਇੱਥੇ ਅਪਲੋਡ ਕਰਨਾ ਜੋ ਕਿ 200kb ਤੋਂ ਘੱਟ ਹੋਣੀ ਚਾਹੀਦੀ ਹੈ ਦੇਖੋ ਜੋ ਵੀ ਤੁਸੀਂ ਇੱਥੇ ਪਹਛਾਨ ਪੱਤਰ ਨੂੰ ਕਲਿੱਕ ਕਰੋਗੇ ਉਹ ਇੱਥੇ ਫਿਲ ਕਰਨਾ ਜ਼ਰੂਰੀ ਹੈਗਾ ਤੁਸੀਂ ਜੋ ਚੁਣ ਕੇ ਇੱਕ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਸਰਕਾਰੀ ਅਰਧ ਸਰਕਾਰੀ ਤੁਸੀਂ ਕੋਈ ਇੱਕ ਚੁਣਨਾ ਤੁਸੀਂ ਸਰਕਾਰੀ ਕਰਮਚਾਰੀਆਂ ਗਵਰਨਮੈਂਟ ਦੇ ਵਿੱਚੋਂ ਜਾਂ ਸੈਮੀ ਗਵਰਨਮੈਂਟ ਦੇ ਵਿੱਚੋਂ ਇਸ ਨੂੰ ਆਪਸ਼ਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਵਿਦਿਅਕ ਯੋਗਤਾ ਵਿਦਿਅਕ ਯੋਗਤਾ ਦੇ ਵਿੱਚ ਤੁਸੀਂ ਸਾਰੇ ਮੈਟ੍ਰਿਕ ਤੋਂ ਘੱਟ ਜਾਂ ਕੋਈ ਪੋਸਟ ਗ੍ਰੈਜੂਏਸ਼ਨ ਦਾ ਵੱਧ ਜਾਂ ਕੋਈ ਹੋਰ ਤੁਹਾਡੀ ਵਿਦਿਅਕ ਯੋਗਤਾ ਹੈਗੀ ਤਾਂ ਉਸ ਨੂੰ ਇੱਥੇ ਕਲਿੱਕ ਕਰ ਲੈਣਾ ਤੁਸੀਂ ਉਸ ਤੋਂ ਮੌਜੂਦਾ ਅਹੁਦਾ ਤੇ ਤਾਇਨਾਤੀ ਦਾ ਹੀ ਥਾਂ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਤੁਹਾਡਾ ਕੀ ਅਹੁਦਾ ਤੁਹਾਡੀ ਤਾਇਨਾਤੀ ਦਾ ਕੀ ਥਾਂ ਹੈਗੇ ਉਥੇ ਤੇ ਫਿਲ ਕਰਨੀ ਤੁਸੀਂ ਆਪਣੇ ਆਪ ਉਸ ਤੋਂ ਬਾਅਦ ਕਿਰਪਾ ਕਰਕੇ ਸਵੈ ਸੇਕ ਦੇ ਕੰਮ ਦੇ ਰੁਝਾਨ ਬਾਰੇ ਸਪਸ਼ਟ ਕੀਤਾ ਜਾਵੇ ਤੁਸੀਂ ਜਿਸ ਦੇ ਵਿੱਚ ਵੀ ਇੰਟਰਸਟਡ ਹੋ ਤੁਸੀਂ ਡਿਸਕਸ਼ਨ ਦੇ ਵਿੱਚ ਭਾਸ਼ਣ ਦੇ ਵਿੱਚ ਖੇਡਾਂ ਦੇ ਵਿੱਚ ਸੱਭਿਆਚਾਰਕ ਗਤੀਵਿਧੀਆਂ ਵਿੱਚ ਜਾਂ ਕੋਈ ਹੋਰ ਤੁਸੀਂ ਉਹ ਇੱਥੇ ਆਪਣਾ ਟਾਈਪ ਕਰ ਸਕਦੇ ਹੋ ਉਸ ਤੋਂ ਬਾਅਦ ਕੋਈ ਅਜਿਹਾ ਵਿਅਕਤੀ ਜੋ ਕਿਸੇ ਗਰੁੱਪ ਦਾ ਕਲੱਬ ਦਾ ਜਾਂ ਐਨ ਜੀਓ ਦੇ ਤੁਸੀਂ ਮੈਂਬਰ ਹੋ ਉਸ ਤੋਂ ਪਹਿਲਾਂ ਉਹ ਦਾ ਵੀਰਵਾ ਦੇਣਾ ਭਾਸ਼ਣ ਦੇ ਵਿੱਚ ਖੇਡਾਂ ਵਿੱਚ ਜਾਂ ਸੱਭਿਆਚਾਰ ਗਤੀਵਿਧੀਆਂ ਵਿੱਚ ਜਾਂ ਕੋਈ ਹੋਰ ਉਸ ਨੂੰ ਤੁਸੀਂ ਕਲਿੱਕ ਕਰਨਾ ਹੈ ਇਸ ਸਬੰਧੀ ਕੋਈ ਹੋਰ ਕੋਈ ਜਾਣਕਾਰੀ ਹੋਵੇ ਤਾਂ ਉਹ ਵੀ ਤੁਸੀਂ ਇੱਥੇ ਦੇ ਸਕਦੇ ਹੋ ਉਸ ਤੋਂ ਬਾਅਦ ਇਹ ਨੀਚੇ ਤੁਹਾਡੇ ਇੱਕ ਅੰਡਰਟੇਕਿੰਗ ਦਿੱਤੀ ਗਈ ਹੈ ਜਿਸ ਦੇ ਕਾਲਮਸ ਨੂੰ ਤੁਸੀਂ ਪੜ੍ਹ ਲੈਣਾ ਹੈਗਾ ਤਾਂ ਉਸ ਤੋਂ ਬਾਅਦ ਨੀਚੇ ਕਲਿੱਕ ਕਰਨ ਤੋਂ ਬਾਅਦ ਰਜਿਸਟਰ ਤੇ ਕਲਿੱਕ ਕਰ ਦੇਣਾ ਤਾਂ ਤੁਸੀਂ ਇਸ ਤਰੀਕੇ ਨਾਲ ਸੈੱਪ ਤੇ ਰਜਿਸਟਰਡ ਹੋ ਜਾਓਗੇ ਧੰਨਵਾਦ